ਫਾਜ਼ਿਲਕਾ ਦੇ ਬਾਜ਼ਾਰਾਂ ਦੇ ਵਿੱਚ ਸਵੇਰੇ 10 ਵਜੇ ਤੋਂ ਟ੍ਰੈਫਿਕ ਰਿਹਾ ਜਾਮ। ਟ੍ਰੈਫਿਕ ਨੂੰ ਸੁਚਾਰੂ ਕਰਦੀ ਨਜ਼ਰ ਆਈ ਫਾਜ਼ਿਲਕਾ ਪੁਲਿਸ। ਫਾਜ਼ਿਲਕਾ ਦੇ ਵਿੱਚ ਅੱਜ ਸਵੇਰ ਤੋਂ ਹੀ ਟ੍ਰੈਫਿਕ ਜਾਮ ਰਿਹਾ। ਸੋਮਵਾਰ ਹੋਣ ਦੇ ਚਲਦਿਆਂ ਲੋਕ ਵੱਡੀ ਗਿਣਤੀ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਆਏ ਅਤੇ ਇੱਥੇ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਜਾਮ ਹੋ ਗਿਆ, ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਥਾਣਾ ਸਿਟੀ ਪੁਲਿਸ ਇੱਥੇ ਪਹੁੰਚੀ, ਜਿਸ ਦੇ ਵੱਲੋਂ ਟ੍ਰੈਫਿਕ ਵਿਵਸਥਾ ਸੁਚਾਰੂ ਕਰਵਾਈ ਗਈ। ਫਾਜ਼ਿਲਕਾ ਦੇ ਗੋਸ਼ਾਲਾ ਰੋਡ, ਘੰਟਾਘਰ ਚੌਕ, ਸਰਾਫਾ ਬਾਜ਼ਾਰ, ਮਹਿਰੀਆਂ ਬਾਜ਼ਾਰ ਅਤੇ ਹੋਰ ਵੀ ਕਈ ਬਾਜ਼ਾਰਾਂ ਦੇ ਵਿੱਚ ਵਹੀਕਲਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਦੀ ਹੋਈ ਨਜ਼ਰ ਆਈ। ਪੁਲਿਸ ਅਧਿਕਾਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਹਨਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਉਹਨਾਂ ਵੱਲੋਂ ਉਸੇ ਤਰ੍ਹਾਂ ਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਦੇ ਲਈ ਪ੍ਰਯਾਸ ਸ਼ੁਰੂ ਕੀਤੇ ਗਏ। ਉਹਨਾਂ ਨੇ ਕਿਹਾ ਕਿ ਬਾਜ਼ਾਰ ਦੇ ਵਿੱਚ ਜਾ ਕੇ ਟ੍ਰੈਫਿਕ ਵਿਵਸਥਾ ਬਹਾਲ ਕੀਤੀ ਜਾ ਰਹੀ ਹੈ। ਜਦ ਉਹਨਾਂ ਤੋਂ ਟ੍ਰੈਫਿਕ ਜਾਮ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅੱਜ ਸੋਮਵਾਰ ਹੋਣ ਕਰਕੇ ਬਾਜ਼ਾਰ ਦੇ ਵਿੱਚ ਭੀੜ ਜ਼ਿਆਦਾ ਹੈ ਅਤੇ ਪਿਛਲੇ 2 ਦਿਨਾਂ ਤੋਂ ਬਾਜ਼ਾਰ ਬੰਦ ਸੀ, ਇਸ ਦੇ ਚੱਲਦਿਆਂ ਅੱਜ ਭੀੜ ਬਾਜ਼ਾਰ ਦੇ ਵਿੱਚ ਨਜ਼ਰ ਆ ਰਹੀ ਹੈ। ਕ੍ਰਿਸ਼ਨ ਲਾਲ ਜੀ, ਕਿਸ ਤਰ੍ਹਾਂ ਦੀ ਵਿਵਸਥਾ ਬਣਾਈ ਜਾ ਰਹੀ ਹੈ? ਟ੍ਰੈਫਿਕ ਬਹੁਤ ਜਾਮ ਹੋ ਰਿਹਾ ਸ਼ਹਿਰ 'ਚ। ਬਾਜ਼ਾਰ ਕਹਿੰਦੇ ਨਾਲ ਜ਼ਿਲ੍ਹਾ ਇਸ ਤਰ੍ਹਾਂ ਦੇ ਰਾਜ ਜ਼ਿਆਦਾ ਹੈਗਾ, ਕਿਹਾ ਜਾ ਰਿਹਾ ਸਵੇਰੇ 10 ਵਜੇ ਤੋਂ ਹੀ ਟ੍ਰੈਫਿਕ ਜਾਮ ਹੈ ਜੀ ਸ਼ਹਿਰ। ਇਸੇ 3 ਦਿਨਾਂ ਬਾਅਦ ਬਾਜ਼ਾਰ ਖੁੱਲ੍ਹਾ ਨਾ, ਇਸ ਕਰਕੇ ਲੋਕਾਂ ਦਾ ਰਾਜ ਜ਼ਿਆਦਾ ਹੀ ਖੁੱਲ੍ਹਾ ਰਹੇ ਹਾਂ। ਸਾਰੇ ਚੌਂਕਾਂ 'ਚ ਜਾ ਕੇ ਟ੍ਰੈਫਿਕ ਵਿਵਸਥਾ ਕਰ ਰਹੇ ਹਾਂ, ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਕਰੀਬਨ ਖੁੱਲ੍ਹ ਗਿਆ ਬਾਜ਼ਾਰ।